ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਜਲੰਧਰ ਦੇ ਵਿਚਕਾਰ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਜਿੱਤ ਹੋਈ ਹੈ, ਕੈਬਨਿਟ ਮੰਤਰੀ ਹਰਭਜਨ ਇਟੀਓ ਮੇਰੇ ਨਾਲ ਇੱਥੇ ਮੌਜੂਦ ਨੇ। ਇਟੀਓ ਸਾਹਿਬ, ਇਸ ਜਿੱਤ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਇਸ ਜਿੱਤ ਨੂੰ ਮੈਂ ਐਵੇਂ ਵੇਖਦਾ ਜਿਵੇਂ ਸਾਰੇ ਦੇਖ ਰਹੇ ਨੇ, ਸਾਰਾ ਪੰਜਾਬ ਦੇਖ ਰਿਹਾ, ਸਾਰਾ ਪੰਜਾਬ ਖੁਸ਼ ਆ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਜਲੰਧਰ ਵੈਸਟ ਦੇ ਲੋਕਾਂ ਨੇ ਜਿਹੜਾ ਆ ਉਹ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ। ਕਿਉਂਕਿ ਵੈਸੇ ਤਾਂ ਲੋਕ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਸੀਗੇ, 2022 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਸੀਗੇ, 2024 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਨੇ। ਪਰ ਇਹਨਾਂ 2-2.5 ਸਾਲ ਦੇ ਸਮੇਂ ਦੇ ਵਿੱਚ ਜੋ ਫਰਕ ਪਿਆ ਆ ਉਹ ਇਹ ਆ ਕਿ ਮਾਰਜਨ ਬਹੁਤ ਵਧਿਆ ਆ ਆਮ ਆਦਮੀ ਪਾਰਟੀ ਦਾ। ਤੁਸੀਂ ਦੇਖੋ ਆਲਮੋਸਟ 58% ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਖਾਤੇ ਦੇ 60% ਵੋਟ ਤਾਂ ਭਗਤ ਜੀ ਆਪ ਹੀ ਲੈ ਗਏ, 60% ਵੋਟ ਦੇ ਕਰੀਬ ਉਹ ਖੁਦ ਜਿਹੜੇ ਆ ਉਹ ਲੈ ਗਏ ਨੇ। ਸੋ ਇਹ ਲੋਕਾਂ ਨੇ ਫਤਵਾ ਜ਼ਾਹਰ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। ਸਾਡੇ ਮਾਣਯੋਗ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਲੋਕ ਬਹੁਤ ਪਿਆਰ ਕਰਦੇ ਨੇ, ਸੋ ਉਹਨਾਂ ਦੇ ਪਿਆਰ ਦਾ ਸਦਕਾ ਹੀ ਆ ਕਿ ਅੱਜ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਬਹੁਤ ਵੱਡੀ ਜਿੱਤ ਜਲੰਧਰ ਵੈਸਟ ਦੇ ਲੋਕਾਂ ਨੇ ਦਰਜ ਕਰਵਾਈ ਹੈ। ਹਰਭਜਨ ਜੀ, ਦੇਖਣ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਾਂਗਰਸ ਨੂੰ ਲੱਗ ਰਿਹਾ ਸੀ ਉਸਨੇ ਆਲਰੇਡੀ ਇਹ ਸੀਟ ਜਿੱਤ ਲਈ ਹੈਗੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਸੀ ਸਾਰਾ ਸਿਸਟਮ, ਉਸਨੂੰ ਦੇਖ ਕੇ ਲੱਗ ਰਿਹਾ ਸੀ ਕਿ ਕਾਂਗਰਸ ਨੂੰ ਲੱਗ ਰਿਹਾ ਸੀ ਸਿਸਟਮ ਤੇ ਪੂਰੇ ਆਪਾਂ ਕਾਬਜ਼ ਨੇ। ਦੇਖੋ, ਲੱਗਦਾ ਸੀ ਉਹ ਕਰ ਸਕਦੇ ਨੇ, ਕੋਈ ਵੀ ਬੰਦਾ ਆਪਦੀ ਐਕਸਪੈਕਟੇਸ਼ਨ ਤੇ ਕਰ ਹੀ ਸਕਦਾ। ਸੋ ਉਹਨਾਂ ਨੇ ਵੀ ਆਪਣਾ ਜ਼ੋਰ ਲਗਾਇਆ, ਪੂਰਾ ਗਿਆ। ਪਰ ਲੋਕ ਜਿਹੜੇ ਨੇ ਨਾ ਉਹ ਦੇਖਦੇ ਨੇ ਕਿ ਜਿਹੜਾ ਬੰਦਾ ਤੁਸੀਂ ਕੈਂਡੀਡੇਟ ਉਤਾਰ ਰਿਹਾ ਉਹਦੀ ਕੰਟਰੀਬਿਊਸ਼ਨ ਕੀ ਹੈ। ਪਹਿਲਾਂ ਉਹ ਸੀਨੀਅਰ ਡਿਪਟੀ ਮੇਅਰ ਸੀਗੇ ਉੱਥੇ, ਔਰ ਜਿੰਨੀਆਂ ਜਲੰਧਰ ਵੈਸਟ ਦੀਆਂ ਸਮੱਸਿਆ ਸੀਗੀਆਂ ਉਹਦੇ ਵਿੱਚ ਲਗਭਗ 90% ਸਮੱਸਿਆਵਾਂ ਲੋਕਲ ਸੈਲਫ ਗਵਰਨਮੈਂਟ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਜੋ ਕਾਰਪੋਰੇਸ਼ਨ ਸੀਗੀ, ਸੀਵਰੇਜ ਦੀ ਸਮੱਸਿਆ ਕਿੰਨੇ ਹੱਲ ਕਰਨੀ ਸੀਗੀ ਉੱਥੋਂ ਦੀ ਕਾਰਪੋਰੇਸ਼ਨ ਨੇ, ਜਿਹੜੀ ਦੂਜੀ ਸੀਗੀ ਪਾਣੀ ਦੀ ਸਮੱਸਿਆ ਉਹਦੀ ਆ, ਲੋਕਲ ਬੇਸਿਕ ਜਿਹੜੀਆਂ ਨੈਸੈਸਿਟੀਜ਼ ਨੇ। ਸੋ ਇਹ ਸਾਰੀਆਂ ਚੀਜ਼ਾਂ ਉਹ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਕੋਈ ਵੀ ਪੂਰੀ ਨਹੀਂ ਕਰ ਸਕੇ। ਸੋ ਲੋਕਾਂ ਦੇ ਸਾਰਾ ਕੁਝ ਧਿਆਨ ਦੇ ਵਿੱਚ ਸੀਗਾ ਔਰ ਲੋਕਾਂ ਨੇ ਘਰ ਬਿਠਾ ਦਿੱਤਾ ਉਹਨਾਂ ਨੂੰ। ਬੀਜੇਪੀ 'ਚ ਗਏ ਸ਼ੀਤਲ ਅੰਗਰਾਲ, ਕਹਿੰਦੇ ਨੇ ਕਿ ਸਾਡਾ ਕੰਮ ਕਰ ਨਹੀਂ ਰਹੇ ਸੀ, ਸਰਕਾਰ ਸੁਣ ਨਹੀਂ ਰਹੀ ਸੀ। ਤੁਸੀਂ ਕਹਿੰਦੇ ਹੋ ਕਿ ਚਲੋ ਹੁਣ ਕਰਵਾ ਲੈਣਗੇ। ਜਿਹੜਾ ਬੰਦਾ ਸੱਤਾਧਾਰੀ ਪਾਰਟੀ ਦੇ ਵਿੱਚ MLA ਰਹਿੰਦਾ ਹੋਇਆ ਕੰਮ ਨਹੀਂ ਕਰਵਾ ਸਕਦਾ ਅਤੇ ਅਸਤੀਫਾ ਦੇ ਦਿੰਦਾ, ਉਹਨੂੰ ਚੋਣ ਲੜਨ ਦਾ ਫਿਰ ਕੀ ਅਧਿਕਾਰ ਆ? ਵਿਰੋਧੀ ਧਿਰ ਦੇ ਵਿੱਚ ਜਾ ਕੇ ਕੰਮ ਕਰਾ ਲੂਗਾ? ਲੋਕ ਬੇਵਕੂਫ ਨੇ, ਲੋਕਾਂ ਨੇ ਤੁਹਾਨੂੰ ਜਿਤਾਇਆ, ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ, ਤੁਸੀਂ ਦੋਨਾਂ ਨਾਲ ਹੀ ਧੋਖਾ ਕਰ ਦਿੱਤਾ, ਪਾਰਟੀ ਦੇ ਨਾਲ ਵੀ ਧੋਖਾ ਕਰ ਦਿੱਤਾ, ਲੋਕਾਂ ਦੇ ਨਾਲ ਵੀ ਧੋਖਾ ਕਰ ਦਿੱਤਾ ਅਤੇ ਲੋਕਾਂ ਨੇ ਆਪਦਾ ਜਿਹੜਾ ਸੀਗਾ, ਲੋਕਾਂ ਨੇ ਆਪਣਾ ਫੈਸਲਾ ਜਿਹੜਾ ਸੀਗਾ ਇਹਨਾਂ ਚੋਣਾਂ ਦੇ ਵਿੱਚ ਸੁਣਾ ਦਿੱਤਾ। ਕੈਬਨਿਟ ਮੰਤਰੀ ਦੇ ਵਿਚਕਾਰ ਵੀ ਕਹਿੰਦੇ ਥਾਂ ਖਾਲੀ ਹੈਗੀ ਹੈ ਅਤੇ ਸੀਐਮ ਸਾਹਿਬ ਬੋਲ ਕੇ ਵੀ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੋ ਪਾਰਟੀ ਆ ਉਹ ਉਸੇ ਜੋ ਦੇਖੇਗੀ ਉਹੀ ਫੈਸਲਾ ਹੋਏਗਾ। ਸਾਡੇ ਨਾਲ ਹਰਭਜਨ ਇਟੀ ਦੱਸ ਰਹੇ ਸੀ ਕਿ ਕਾਂਗਰਸ ਨੂੰ ਵੀ ਲੱਗ ਰਿਹਾ ਸੀ ਕਿ ਜਿੱਤ ਹਾਸਿਲ ਕਰਨ ਲਈ ਹਰ ਕਿਸੇ ਨੂੰ ਲੱਗ ਸਕਦਾ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਮਾਰਜਨ ਦੇ ਨਾਲ ਜਿੱਤੇ ਨੇ ਇਹ ਵੱਡੀ ਗੱਲ ਹੈ। ਕੈਮਰਾਮੈਨ ਜੱਗੀ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।